सो अज जेड़ा है चौथा दिन है इस स्टेज तो कौमी इंसाफ मोर्चे की स्टेज तो जथा रवाना हो रहा जेड़ा 31 मैंबरां दा ਇਹ ਉੱਥੇ ਜਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੇਗਾ ਪੂਰੇ ਜਾਪ ਤੇ ਚ ਰਹਿ ਕੇ ਸ਼ਾਂਤਮਈ ਤਰੀਕੇ ਨਾਲ ਜਿਹੜਾ ਸਾਡਾ 7 ਜਨਵਰੀ ਤੋਂ ਪ੍ਰੋਗਰਾਮ ਹੈ ਕਿਉਂਕਿ ਜਹਿਦਾਰ ਜਗਤਾਰ ਸਿੰਘ ਹਵਾਰਾ ਦਾ ਇਹੀ ਹੁਕਮ ਹੈ ਵੀ ਸ਼ਾਂਤ ਚ ਰਹਿ ਕੇ ਜਿਹੜਾ ਸਾਡਾ ਪ੍ਰਾਤਨ ਇਤਿਹਾਸ ਹੈ ਜਿੰਨੇ ਵੀ ਮੋਰਚੇ ਲੱਗਦੇ ਰਹੇ ਜਿੰਨੇ ਵੀ ਜਥੇ ਜਾਂਦੇ ਰਹੇ ਉਹ ਪੂਰੇ ਸ਼ਾਂਤਮਈ ਉਸ ਚ ਰਹਿ ਕੇ ਤੇ ਆਪਣੇ ਗੁਰੂ ਦਾ जस वर्णन करते हुए उत्थे उन्होंने जाके गिरफ्तारियां दित्तियां या पेश करिया सो उस पुरातन इतिहास से चलते हुए अज जथा जिहड़ा 31 मैंबरी वह अपनी ड्यूटी निभावेगा तो हुणे रवाना होण लग्या सो इस जथे नूं असी इत्थों ही रवानगी देनी है। ਵਾਹਿਗੁਰੂ ਜੀ ਕਾ ਖਾਲਸਾ। ਤਾਰਾ ਤਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਤੁਹਾਡੇ ਤੇ ਵੀ ਹੈ ਕਈ ਲੋਕ ਬਾਈ ਨੇਮ ਨੇ ਕੀ ਲੱਗਦਾ ਪੁਲਿਸ ਦੀ ਇਹ ਕਿਸ ਤਰ੍ਹਾਂ ਦੀ ਕਾਰਵਾਈ ਮਾਮਲੇ ਵੀ ਦਰਜ ਨੇ 307 ਦਾ ਦੇਖੋ ਸਰਕਾਰਾਂ ਇਹ ਮਾਮਲੇ ਦਰਜ ਕਰਦੀਆਂ ਰਹੀਆਂ ਪਿੱਛੇ ਵੀ ਕਰਦੀਆਂ ਰਹੀਆਂ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਮੋਰਚਾ ਲਾਇਆ ਉਸ ਟਾਈਮ ਵੀ ਸਰਕਾਰਾਂ ਇਸ ਤਰ੍ਹਾਂ ਦੀ ਘਨੌਣੀਆਂ ਹਰਕਤਾਂ ਕਰਦੀਆਂ ਰਹੀਆਂ ਅੱਜ ਤਾਂ ਉਹਨਾਂ ਨੇ ਮੁਕੱਦਮੇ ਹੀ ਦਰਜ ਕਰੇ ਆ ਪਰ ਉਸ ਟਾਈਮ ਸਾਡੇ ਨੌਜਵਾਨਾਂ ਨੂੰ ਘਰਾਂ ਚੋਂ ਬੇਕਸੂਰ ਚੱਕ ਕੇ ਮਾਰਿਆ ਗਿਆ ਇਹਨਾਂ ਨੇ ਸ਼ਹੀਦ ਕੀਤਾ ਗਿਆ। ਇੱਕ ਗੱਲ ਸਪਸ਼ਟ ਕਰਦਿਆਂ ਸਰਕਾਰ ਦੀ ਨੀਤੀਆਂ ਦੇਖ ਲਿਓ ਸਾਡੇ ਖਿਲਾਫ ਕੀ ਹੈ ਵੀ ਜਿਹੜੇ 5 ਮੈਂਬਰ ਜ਼ਿਲ੍ਹਾ ਤੇ 17 ਤੇ ਮਾਮਲਾ ਦਰਜ ਕਰਦਾ 307 ਦਾ ਦਰਜਾ ਪਰਚਾ ਦਰਜ ਕੀਤਾ ਉਹਨਾਂ 'ਚੋਂ 5 ਮੈਂਬਰ ਸਰਕਾਰ ਨਾਲ ਉਸ ਟਾਈਮ ਮੀਟਿੰਗ ਕਰ ਰਹੇ ਆ ਦੇਖੋ ਉਹਨਾਂ 'ਤੇ ਵੀ ਪਰਚੇ ਦਰਜ ਇੱਕੋ ਇੱਕ ਸਰਕਾਰ ਦੀ ਮਨਸਾ ਵੀ ਸਾਡੇ ਕੌਮੀ ਇਨਸਾਫ ਮੋਰਚੇ ਨੂੰ ਦਬਾਉਣ ਦੀ ਹੈ ਪਰ ਇਹ ਦਬੇਗਾ ਨਹੀਂ ਝੁਕੇਗਾ ਨਹੀਂ ਆਪਣੇ ਨਿਸ਼ਾਨੇ 'ਤੇ ਪੁੱਜੇਗਾ ਕਿਉਂਕਿ ਅੱਜ ਸੰਗਤਾਂ ਨੂੰ ਜਿਹੜੀ ਅਸੀਂ ਅਪੀਲ ਕੀਤੀ ਹੈ ਇੱਥੇ ਪਹੁੰਚਣ 'ਤੇ ਕਿ ਕੱਲ੍ਹ ਸਰਕਾਰਾਂ ਨੇ ਤਸ਼ੱਦਦ ਕੀਤਾ ਉਸ ਤਸ਼ੱਦਦ ਦਾ ਜਿਹੜਾ ਜਬਰ ਕੀਤਾ ਉਹਦਾ ਸਬਰ ਨਾਲ ਮੁਕਾਬਲਾ ਕਰਦੇ ਹੋਏ ਇੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਸੋ ਸਾਡੀ ਅਪੀਲ ਨੂੰ ਮੰਨਦੇ ਹੋਏ ਅੱਜ ਬਹੁਤ ਵੱਡੀ ਗਿਣਤੀ 'ਚ ਜਿੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਪਹੁੰਚ ਰਹੀਆਂ ਅੱਜ ਵੱਡੇ ਪੱਧਰ 'ਤੇ ਪਹੁੰਚ ਰਹੀਆਂ ਤਾਂ ਕਿ ਅਸੀਂ ਸਰਕਾਰਾਂ ਨੂੰ ਦਿਖਾ ਸਕੀਏ ਵੀ ਸਰਕਾਰ ਜਿਹੜਾ ਸਿੱਖ ਹੈ ਇੱਕੋ ਸਾਂਝੀ ਬਾਲਤਾ ਦਾ ਪ੍ਰਤੀਕ ਹੈ ਜੋ ਸਾਡੇ ਗੁਰੂ ਦਾ ਹੁਕਮ ਹੈ ਉਸ 'ਤੇ ਚੱਲਦੇ ਬਿਲਕੁਲ ਖੜੇਗਾ ਸੀ ਮੇਰੇ ਤੇ ਆਪ ਪਰਚਾ ਹੋਇਆ ਹੁਣ ਦੇਖ ਲਓ ਵੀ ਮੇਰੇ ਨਾਲ ਖੜੇ ਕਿ ਨਹੀਂ ਖੜੇ। ਬਾਪੂ ਜੀ ਕੱਲ ਸਰਕਾਰ ਨਾਲ ਕੋਈ ਆਸ਼ਵਾਸਨ ਮਿਲੇ ਕੋਈ ਗੱਲਬਾਤ ਹੋਈ ਹੈ ਜਦ ਤੁਹਾਡੀ ਗੱਲਬਾਤ ਕੋਈ ਬੇਸਿੱਟਾ ਨਿਕਲੀ ਹੈ ਕੋਈ ਗੱਲਬਾਤ ਤੇ ਬੁਲਾ ਕੇ ਟੇਬਲ ਤੇ ਉਹਨਾਂ ਨੇ ਸਾਡੇ ਨਾਲ ਹਰਕਤ ਕੀਤੀ ਜੇ ਪੁਲਿਸ ਤੇ ਹਮਲਾ ਹੋਇਆ ਤੁਹਾਨੂੰ ਲੱਗਦਾ ਕਿ ਗਲਤ ਹੋਇਆ ਪੱਤਰਕਾਰ ਹਮਲਾ ਤਾਂ ਸਾਜਿਸ਼ ਸਰਕਾਰ ਨੇ ਕਰਾਇਆ ਰੋੜੇ ਪੱਥਰ ਮਾਰੇ ਗਏ ਹੈ ਜਿਹੜੇ ਸ਼ਾਂਤਮਈ ਆਪਣਾ ਧਰਨਾ ਦੇ ਰਹੇ ਬਾਪੂ ਜੀ ਪੱਤਰਕਾਰਾਂ ਨੂੰ ਕੈਮਰੇ ਬੰਦ ਕਰਨ ਨੂੰ ਕਿਹਾ ਗਿਆ ਤਲਵਾਰ ਨਹੀਂ ਨਹੀਂ ਪੱਤਰਕਾਰਾਂ ਨੂੰ ਦੇਖੋ ਜੇ ਉਹਦੀ ਕੋਈ ਕਿਹਾ ਵੀ ਗਿਆ ਉਹ ਵਾਪਸ ਲੈਂਦਾ ਮੈਂ ਆਪ ਜ਼ਿੰਮੇਵਾਰ ਹੋਣ ਦੇ ਨਾਤੇ ਵਾਪਸ ਲੈਂਦਾ ਮੈਂ ਸਤਿਕਾਰ ਕਰਦਾ ਪੱਤਰਕਾਰਾਂ ਦਾ ਜਿਹੜੇ ਸਾਡੀ ਆਵਾਜ਼ ਪਹੁੰਚਾ ਰਹੇ ਹੈ ਬਾਪੂ ਜੀ ਗ੍ਰਿਫਤਾਰੀ ਕਰਦੀ ਹੈ ਚੰਡੀਗੜ੍ਹ ਪੁਲਿਸ ਤਾਂ ਫਿਰ ਅਗਲਾ ਕਰਮ ਮੋਰਚੇ ਦਾ ਤੁਹਾਡਾ ਕੋਈ ਨਹੀਂ ਅਗਲਾ 31 ਮੈਂਬਰੀ ਜਿਹੜਾ ਜਥਾ ਉਹ ਰਵਾਨਾ ਹੁੰਦਾ ਰਹੇਗਾ ਇੱਥੇ ਤੋਂ ਉਦੋਂ ਤੱਕ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਹ ਜਾਰੀ ਰਹੇ ਠੀਕ ਹੈ ਠੀਕ ਹੈ ਜਿਹੜੇ ਅੱਜ ਜਥੇ ਦੀ ਤਾਂ ਜਥਾ ਜਿਹੜਾ ਉਹ ਰਵਾਨਾ ਹੋ ਰਿਹਾ ਔਰ ਜਥੇ ਦੇ ਵਿੱਚ ਸਿਰਫ 31 ਸਿੰਘ ਹੋਣਗੇ ਇਹ ਗੱਲ ਕਹੀ ਜਾ ਰਹੀ ਹੈ ਕਿ ਜਥੇ ਦੇ ਵਿੱਚ ਸਿਰਫ 31 ਸਿੰਘ ਹੋਣਗੇ ਇਸ ਤੋਂ ਬਿਨਾਂ 32ਵਾਂ ਬੰਦਾ ਨਹੀਂ ਹੋਏਗਾ ਜਾਣੀ ਇਹ ਸਿੱਧੇ ਤੌਰ 'ਤੇ ਇਹ ਤਾਂ ਗੱਲ ਜ਼ਾਹਿਰ ਜੀ ਔਰ ਇਹ ਕਲੀਅਰ ਹੈ ਕਿ ਅੱਜ ਇਹ ਮਾਹੌਲ ਪੂਰਾ ਸ਼ਾਂਤੀਪੂਰਵਕ ਰਹਿਣ ਵਾਲਾ ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਕੱਲ੍ਹ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਬਹੁਤੀ ਸੰਗਤ ਨਹੀਂ ਜਾਏਗੀ ਸਿਰਫ ਜਿਹੜੇ 31 ਸਿੰਘਾਂ ਦੇ ਨਾਮ ਜਿਹੜੇ ਨੇ ਇਸ ਜਥੇ ਦੇ ਵਿੱਚ ਤੋਰਨ ਦੇ ਲਈ ਦਿੱਤੇ ਗਏ ਸੀ ਉਹਨਾਂ ਨੂੰ ਹੀ ਸਿਰਫ ਜਾਣ ਦੀ ਇਜਾਜ਼ਤ ਦਿੱਤੀ ਜਾਏਗੀ ਔਰ ਇਸ ਤੋਂ ਬਿਨਾਂ ਕੋਈ ਵੀ ਸਿੰਘ ਜਿਹੜਾ ਉਹ ਇਸ ਜਥੇ ਦੇ ਵਿੱਚ ਸ਼ਾਮਲ ਨਹੀਂ ਹੋਏਗਾ ਇਸ ਤੋਂ ਬਿਨਾਂ ਬਹੁਤ ਸਾਰੇ ਰਸਤੇ ਦੇ ਵਿੱਚ ਬੈਰੀਕੇਡ ਲਾਏ ਹੋਏ ਨੇ ਪੰਜਾਬ ਪੁਲਿਸ ਨੇ ਵੀ ਲਾਏ ਆ ਜਾਣੀ ਇਹ ਹੋ ਸਕਦਾ ਹੈ ਕਿ ਪਹਿਲਾਂ ਪੰਜਾਬ ਪੁਲਿਸ ਹੀ ਇੱਥੇ ਰੋਕੇ ਕਿਸੇ ਬੈਰੀਕੇਡ 'ਤੇ ਔਰ ਉੱਥੋਂ ਹੀ ਕੋਈ ਗ੍ਰਿਫਤਾਰੀ ਹੋਵੇ ਜਾਂ ਕੋਈ ਕਿਸ ਤਰ੍ਹਾਂ ਦਾ ਰਿਐਕਟ ਹੋਵੇ ਇਹ ਅੱਜ ਕਿਤੇ ਨਾ ਕਿਤੇ ਦੇਖਣ ਵਾਲੀ ਗੱਲ ਰਹੇਗੀ ਤਾਂ ਸਿੰਘ ਜਿਹੜੇ ਨੇ
वो 31 सिंह जड़े ने इतों रवाना हो चुके हैं और फिर तो एक बार सीएम हाउस वालू रोक किया जाएगा, मार्च किया जाएगा और एफ आई आर के 307 वर्गिया धारावं लगिया ने, आर्म्स एक्ट दिया धारावं लगिया ने। तो उस मामले के अंदर सीधे तौर पर स्टेज तो यह गल कन्फर्म कर दी गई कि जमानत नहीं लिया जाएगियां, जानी इन्हें सिर्फ वो कह रहे हैं कि बोगस एफ आई आर की गई है क्योंकि कुछ आगू जड़े से उस वे प्रशासन दे नाल मीटिंग कर रहे थे तो वो मीटिंग करद्या भी जेडे वख-वख मामले दर्ज कर दिए गए और वो कह रहे हैं कि सारे जेडे मामले दर्ज होए ने ये बोगस ने, ये गलत है, ये नहीं होना चाहिए सी। और इस मामले के अंदर कमेटी ने सीधे तौर पर कहता कि असी विचारांगे क्योंकि पंजाब सरकार के वलों भी एक एफ आई आर जी है वह हुई है, वो कहिंदे कि विचारांगे कि सानू लीगल तौर पर जानी कानून का किस तरह के सहारा लेना पएगा और की कुछ किया जाएगा। फिलहाल जड़े जे मार्च है, मार्च उस तरह के चलन गए, अज चौथे दिन जो मोर्चे के 31 सिंह जड़े ने रवाना कर दिए गए और 31 सिंह ही जाएंगे, इस तो बिना कोई नहीं होएगा। फिलहाल तस्वीर तो तुम्हें दिखा रहे हैं कि ये चौथे दिन का माहौल है जो मोर्चे के सिंह जड़े ने वो जथे वालू सीएम हाउस वालू रवाना किए जाते हैं और इस वेले दी तस्वीर के हिसाब के नाल अंदाजा लगाया जा सकता है कि अज माहौल जोड़ा वो पूरा शांतिपूर्वक रहेगा। बकायदा तौर पर स्टेज तो बार बार अनाउंस किया गया है कि कोई भी माहौल खराब करने की कोशिश ना करे या फिर किसी तरह का कोई रिएक्ट ना करे, जे पुलिस अगों रिएक्ट करती है तो उन्हें शांतमई तरीके दे नाल तुसी सह सकते हो, शांतमई तरीके दे नाल ही जिहड़ा है वो इस पूरे प्रोटेस्ट नूं सिरे चढ़ाउणा है। तो पर जिहड़ा कल वापरिया उस तों बाद यह फैसला लिया गया कि बहुते सिंह नहीं जाणगे, जानी सिर्फ जिन्हां दा नाम इस लिस्ट दे विच सी अज दे जथे दे विच जाण वास्ते सिर्फ उही सिंह अज इस जथे दा हिस्सा होणगे, इस तों बिना कोई भी हिस्सा नहीं होएगा। फिलहाल पुलिस के वलों बैरीकेडिंग जी उस तरह के नाल कीती गई आ, यह भी संभावित है कि चंडीगढ़ पुलिस के वलों अज जिहड़ा है वह प्रोटेस्ट नूं देखते हुए इंतजाम बद कर ले गए हुण, भावें मामले दर्ज कर ले गए पर कॉल यह भी है कि जथा तो जाएगा, जे जथा जाएगा तो फिर ये कल वर्गे माहौल ना बन या फिर कल वर्गे हालात ना बन, तो ये जरूर कितना कित ध्यान रखने वाली चीज़ा ने। तो तुहानू असीं तस्वीर दिखा रहे हैं लगातार। तो 31 सिंह जड़े ने वो जा रहे हैं, फिलहाल इस तो अगे जो रस्ता इतों क्लीयर होएगा कि किन्ने जड़े सिंह जा रहे हैं, पर फिलहाल जी अनाउंसमेंट स्टेज तो हुई है वह अनाउंसमेंट 31 की है। तुहानू तस्वीरां दे राही असी माहौल दिखाने की कोशिश कर रहे हैं कि हाल की घड़ी, क्योंकि पंजाब पुलिस के वड्डे अधिकारी जड़े ने वो अगे अगे ने, क्योंकि कल जो कुछ वापरिया बहुत कुछ प्रशासन भी अपने वालों सुधार करेगा, तो इधरों मोर्चे वालों भी कुछ फैसले इदा के लाए गए ने, जिस तो ये बिल्कुल संभावित है कि अज का जोड़ा मार्च आ वो बिल्कुल शांतमई रह सकता है। पर इस मामले के अंदर चंडीगढ़ पुलिस के वलों तरह के इंतजाम ने, क्योंकि चंडीगढ़ पुलिस के वलों इंतजाम जरूर कितना कितने वधाए गए होंगे, क्योंकि जिस तरीके कल वापरिया, क्योंकि कल कितना कितने भी होया होएगा कि नफरी वधा दी जाए या फिर साधन वधा दिते जा।